ਸਤਿ ਸ੍ਰੀ ਅਕਾਲ। ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੀਜ਼ ਦਾ ਨਾਪ ਲਿਆ ਸੀਗਾ, ਉਹ ਨਾਪ ਆਏ ਅਤੇ ਹੁਣ ਅੱਜ ਆਪਾਂ ਕਮੀਜ਼ ਦੀ ਕਟਾਈ ਕਰਨੀ ਆ। ਅੱਜ ਹੁਣ ਆਪਾਂ ਕਮੀਜ਼ ਦੀ ਕਟਾਈ ਕਰਨੀ ਸਿੱਖੀਏ। ਹੁਣ ਆਪਾਂ ਨੇ ਐਂਚੀ ਟੇਪ ਦੇ ਨਾਲ ਆਪਾਂ ਨੇ ਕਮੀਜ਼ ਦੀ ਲੰਬਾਈ ਆਪਣੀ ਕਿੰਨੀ ਸੀਗੀ 38 ਇੰਚ ਤਿਆਰ ਸੀ। ਆਪਾਂ ਨੇ ਹੁਣ ਇਸਦੇ ਵਿੱਚ 3 ਇੰਚ ਪਲੱਸ ਕਰਨਾ, 3 ਇੰਚ ਪਲੱਸ ਕਰਕੇ ਆਪਾਂ ਨੇ ਹੁਣ ਇਹਦੀ ਕਮੀਜ਼ ਦੀ ਲੰਬਾਈ ਨਾਪਣੀ ਆ। ਇਹ ਵੀ ਦੇਖਣਾ ਇੱਥੋਂ ਕਾਣ ਨਾ ਹੋਵੇ ਇਹ ਪੱਲੇ 'ਚ। ਆਪਾਂ ਨੇ ਕਮੀਜ਼ ਦੀ ਨਾਪਣੀ ਆ ਲੰਬਾਈ 38 ਇੰਚ ਤਿਆਰ, 45, 40, 41 ਆਪਾਂ ਨੇ 41 ਇੰਚ ਹੁਣ 3 ਇੰਚ ਪਲੱਸ ਕਰਨਾ ਇਹਦੇ ਵਿੱਚ, ਅਤੇ 3 ਇੰਚ ਆਪਾਂ ਨੇ 41 ਇੰਚ ਕਰਕੇ ਆਪਾਂ ਨੇ 41 ਇੰਚ ਕਰਕੇ ਆਪਾਂ ਨੇ ਇਸਨੂੰ ਫੋਲਡ ਕਰ ਲੈਣਾ। ਇਸਨੂੰ ਫੋਲਡ ਕਰਨਾ ਆਪਾਂ ਨੇ ਇਹ ਪੁੱਠਾ ਪਾਸਾ ਫੋਲਡ ਕਰਨਾ, ਸਿੱਧਾ ਵਿੱਚ ਪਾਸੇ ਵਿਚਲੇ ਪਾਸੇ ਆਪਾਂ ਨੇ ਫੋਲਡ ਕਰ ਲੈਣਾ ਇਹਨੂੰ ਪੁੱਠਾ ਕਰਕੇ। ਲੰਬਾਈ ਨਾਪਣੀ ਹੈ ਜੀ 41 ਇੰਚ, ਪੂਰਾ 41 ਇੰਚ। ਫਿਰ ਆਪਾਂ ਨੇ ਇੱਧਰੋਂ ਘੇਰਾ, ਘੇਰਾ 21.5 ਸੀਗਾ, ਇਹਦੇ ਵਿੱਚ ਵੀ 3 ਪਲੱਸ ਕਰਨਾ ਵਾ, ਇਧਰੋਂ ਲੰਬਾਈ 'ਚ ਵੀ 3 ਪਲੱਸ ਕਰਨਾ, ਘੇਰੇ ਅਤੇ ਉੱਪਰੋਂ ਮੋਢੇ ਦੀਆਂ ਸਿਉਣਾ ਵਿਚਾਉਣ ਦਾ ਆਪਾਂ ਨੇ ਖਰਚਾ ਰੱਖਣਾ, ਅਤੇ ਇਹ ਆਪਣਾ 24.5 ਲੰਬਾਈ 'ਚ ਹੋ ਗਿਆ, ਅਤੇ ਆਪਾਂ 3 ਇੰਚ ਘੇਰੇ ਵਿੱਚ ਪਲੱਸ ਕਰ ਲਿਆ, 24.5 ਆਪਣਾ ਘੇਰਾ ਹੋ ਗਿਆ। ਇੱਥੇ ਨਿਸ਼ਾਨੀ ਲਾ ਲੈਣੀ ਹੈ, ਫਿਰ ਇੱਧਰੋਂ ਵੀ 24.5 ਮਿਲ ਲੈਣਾ ਆਪਾਂ ਨੇ, 24.5 ਇੱਥੋਂ ਲਾ ਕੇ ਨਿਸ਼ਾਨੀ, ਫਿਰ ਆਪਾਂ ਨੇ ਇਹਨੂੰ ਮਿਲਾ ਕੇ ਇੱਥੇ 41 ਇੰਚ ਇੱਧਰੋਂ ਵੀ ਪੂਰਾ ਹੋਵੇ, ਫਿਰ ਆਪਾਂ ਨੇ ਇਹਨੂੰ ਨਿਸ਼ਾਨੀ ਲਾ ਕੇ ਇਹਦੀ ਕਟਿੰਗ ਕਰ ਦੇਣੀ ਆ। ਇੱਧਰੋਂ 3 ਇੰਚ ਪਲੱਸ ਕਰ ਲੈਣਾ ਆਪਾਂ ਨੇ ਘੇਰੇ ਦੇ ਵਿੱਚ, 3 ਪਲੱਸ ਲੰਬਾਈ 'ਚ ਕਰ ਲਿਆ ਜਿੰਨਾ ਆਪਣੇ ਤਿਆਰ ਤੋਂ, ਇਹ ਆਪਣਾ 41 ਇੰਚ ਇੱਧਰ ਲੰਬਾਈ ਕਰ ਲਈ, 24.5 ਘੇਰਾ ਕਰ ਲਿਆ, ਦੋਨੇ ਸਾਈਡਾਂ ਤੋਂ ਮਿਲ ਲੈਣਾ 41 ਹੋਵੇ, ਇੱਧਰੋਂ ਦੋਨੇ ਪਾਸੇ 24.5 ਹੋਵੇ, ਫਿਰ ਆਪਾਂ ਨੇ ਇਸਦੀ ਕਟਾਈ ਕਰ ਦੇਣੀ। ਹੁਣ ਆਪਾਂ ਨੇ ਕੱਟ ਲਿਆ, ਇੱਧਰੋਂ ਵੀ ਕੱਟਤਾ ਆਪਣੀ, ਹੁਣ ਪੂਰੀ ਘੇਰੇ ਦੇ ਵਿੱਚ 3 ਪਲੱਸ ਕਰਕੇ ਇੱਧਰੋਂ ਪੂਰਾ ਕਰ ਲਿਆ, ਇੱਧਰੋਂ ਆਪਣੇ ਦੀ ਲੰਬਾਈ ਪੂਰੀ 3 ਪਲੱਸ ਲੰਬਾਈ 'ਚ ਕਰਕੇ ਆਪਾਂ ਨੇ ਕੱਟ ਲਿਆ। ਹੁਣ ਆਪਾਂ ਇਹਨਾਂ ਨੂੰ ਦੋਨੇ ਪੱਲਿਆਂ ਨੂੰ ਫੋਲਡ ਕਰ ਲਾਂਗੇ, ਪੂਰੇ ਖੁੰਝੇ ਦੇ ਨਾਲ ਖੁੰਝਾ ਮਿਲਾ ਕੇ ਆਪਾਂ ਇਸਨੂੰ ਫੋਲਡ ਕਰ ਲੈਣਾ। ਆਪਾਂ ਨੇ ਫੋਲਡ ਕਰ ਲਿਆ, ਚਾਰ ਇੱਧਰੋਂ 4 ਪੱਲੇ ਹੋ ਗਏ। ਫੋਲਡ ਕਰਨ ਤੋਂ ਬਾਅਦ ਜਿਹੜੀ ਆਹ ਚੀਜ਼ ਆਪਣੀ ਇੱਧਰੋਂ ਫੋਲਡ ਕਰੀ ਹੋਈ ਵਾਲੀ ਆ, ਜੇ ਤਾਂ ਇਹ ਆਲ ਓਵਰ ਸੂਟ ਆ, ਫਿਰ ਆਪਾਂ ਜਿਹੜੀ ਆਹ ਵਾਲੀ ਸਾਈਡ ਆ ਇੱਧਰ ਇਹ ਪੱਲਿਆਂ 'ਚ ਰੱਖ ਲੈਣੀ ਆ, ਪੱਲੇ ਕਿਹੜੇ ਰੱਖ ਲੈਣੀ ਆ, ਇੱਧਰ ਵੱਧ ਘਾਟ ਇੱਧਰ ਕੱਢ ਦੇਣੀ ਆ, ਕੋਈ ਵੱਧ ਘਾਟ ਹੋਊਗੀ ਇੱਧਰ ਕੱਢ ਦੇਣੀ, ਆਪਾਂ ਇੱਧਰੋਂ ਪੂਰਾ ਪੱਲਾ ਤਿਆਰ ਕਰ ਲੈਣਾ। ਜੇਕਰ ਆਪਣਾ ਇਹਦੇ ਵਿੱਚ ਕੋਈ ਪ੍ਰਿੰਟ ਇੱਦਾਂ ਦਾ ਹੋਵੇ, ਫੁੱਲਾਂ ਦਾ ਆਪਣੇ ਦਾ ਕੋਈ ਫੁੱਲ ਇੱਦਾਂ ਦਾ, ਪ੍ਰਿੰਟ ਹੀ ਇੱਦਾਂ ਦਾ ਹੋਵੇ ਤਾਂ ਨੂੰ ਜਾਂਦੇ ਹੋਣ ਕੋਈ ਫੁੱਲ, ਫਿਰ ਆਪਾਂ ਨੂੰ ਅਲੱਗ ਕਰਕੇ ਪੱਲਾ, ਫਿਰ ਆਪਾਂ ਨੂੰ ਦੋਨੇ ਅਲੱਗ ਅਲੱਗ ਪੱਲੇ ਕੱਢਣੇ ਪੈਣਗੇ, ਪਹਿਲਾਂ ਪੱਲਾ ਕੱਟਣਾ ਪਊ ਮੂਹਰਲਾ ਅਤੇ ਪਿਛਲਾ, ਫਿਰ ਆਪਾਂ ਨੂੰ ਅਲੱਗ ਅਲੱਗ ਧਰਨਾ ਪਊਗਾ ਫੁੱਲਾਂ ਦੇ ਹਿਸਾਬ ਦੇ ਨਾਲ। ਇਹ ਆਪਣਾ ਆਲ ਓਵਰ ਹੀ ਆ, ਇਹਨੂੰ ਆਪਾਂ ਇੱਦਾਂ ਹੀ ਧਰ ਸਕਦੇ ਹਾਂ, ਇਹਨੂੰ ਆਪਾਂ ਪੱਲੇ ਦੇ ਇੱਧਰ ਪੱਲੇ ਕੰਨੀ ਕਰਨਾ, ਜਿਹੜਾ ਆਪਣਾ ਫੋਲਡ ਸਾਈਡ ਆ ਇਹਨੂੰ ਆਪਾਂ ਇੱਧਰ ਪੱਲੇ ਕੰਨੀ ਕਰ ਦੇਣੀ ਆ, ਅਤੇ ਇੱਧਰ ਵੱਧ ਘਾਟ ਜਿਹੜੀ ਵੀ ਹੋਊਗੀ ਮਾੜੀ ਮੋਟੀ ਬਾਹਰ ਘੱਟ ਹੋਊਗੀ ਉਹ ਇੱਧਰ ਨਿਕਲ ਜੂਗੀ, ਹਾਂ ਮੋਢਿਆਂ ਦੇ ਵਿੱਚ ਇੱਧਰ ਘਾਟ ਪੈ ਸਕਦੀ ਆ, ਅਤੇ ਇੱਧਰੋਂ ਆਪਾਂ ਨੇ ਇਹਦਾ ਪੂਰਾ ਕਰ ਲੈਣਾ। ਹੁਣ ਆਪਾਂ ਨੇ ਪਹਿਲਾਂ ਲੰਬਾਈ ਲੈ ਲਈ, ਫਿਰ ਆਪਾਂ ਨੇ ਘੇਰਾ ਕਰਕੇ ਉਸਨੂੰ ਆਪਣਾ ਪੂਰਾ ਕਰਕੇ ਆਪਾਂ ਨੇ ਕੱਟ ਲਿਆ, ਉਸਨੂੰ ਫੋਲਡ ਕਰ ਲਿਆ। ਫੋਲਡ ਕਰਨ ਤੋਂ ਬਾਅਦ ਆਪਾਂ ਨੇ ਤੀਜੇ ਨੰਬਰ 'ਤੇ ਤੀਰਾ ਦੇਖਣਾ। ਸਭ ਤੋਂ ਪਹਿਲਾਂ ਆਪਾਂ ਨੇ ਤੀਰਾ ਲਾਇਆ ਵਾ, ਇਹ ਹੈਗਾ ਸੀ ਆਪਣਾ 12 ਇੰਚ ਤਿਆਰ, 6 'ਤੇ ਆਉਣਾ ਸੀ, ਅਤੇ ਹੁਣ ਆਪਣਾ ਹੈਗਾ ਇਹ 12.5, ਆਪਾਂ 1/2 ਇੰਚ ਇਹਦੇ ਤੋਂ, 12 ਇੰਚ ਆਪਣਾ ਤੀਰਾ ਵਾ, ਆਪਾਂ ਹੁਣ ਇਹਦੇ 'ਤੇ ਰੱਖਾਂਗੇ 6 ਤੋਂ 6.5 ਇੰਚ, 1/2 ਇੰਚ ਆਪਾਂ ਇਸਦਾ ਸਿਲਾਈ ਦਾ ਰੱਖਾਂਗੇ, 1/2 ਇੰਚ ਜ਼ਿਆਦਾ ਰੱਖ ਲਿਆ, ਅਤੇ ਇੱਥੋਂ 6.5 ਰੱਖਿਆ, ਇੱਥੋਂ 7.5 ਇੰਚ, ਆ ਮੋਢਾ ਆਪਣਾ ਹੇਠਾਂ 7.5 ਇੰਚ ਰੱਖਣਾ। ਜੇ ਕਿਸੇ ਦਾ ਇੱਥੋਂ 7 ਇੰਚ ਤੀਰਾ ਵਾ
ਤਾਂ ਉਹਨਾਂ ਨੇ ਹੇਠੋਂ 8 ਇੰਚ ਰੱਖਣਾ ਅਤੇ ਆਹ ਵਾਲੀ ਚੀਜ਼ ਜਿਹੜੀ ਕਟਾਈ ਕਰਨੀ ਆਪਾਂ ਨੇ ਇਹ 7.5 ਰੱਖਣੀ ਆ 7.5 'ਤੇ ਇੱਥੇ ਨਿਸ਼ਾਨੀ ਲਾਉਣੀ ਆ ਇਹ 7.5 ਤੋਂ ਇੱਦਾਂ ਨਿਸ਼ਾਨੀ ਲਾ ਦੇਣੀ ਆ ਇੱਥੋਂ ਇੱਦਾਂ ਮੈਚ ਕਰਕੇ ਇਹਦੇ ਨਾਲ ਲਾਈਨ ਨੂੰ ਮੈਚ ਕਰ ਦੇਣਾ ਅਤੇ ਆਹ ਆਪਾਂ ਨੇ 2 ਇੰਚ ਦੀ ਰੱਖਣੀ ਆ ਜੇਕਰ ਕੋਈ ਜ਼ਿਆਦਾ ਹੈਲਦੀ ਜੀ ਕੋਈ ਵੀ ਲੇਡੀਜ਼ ਕੋਈ ਭਾਰੀ ਆ ਉਸਦੀ ਆਪਾਂ 2.5 ਇੰਚ ਰੱਖਣੀ ਆ ਉਸਦੀ 2.5 ਇੰਚ ਰੱਖਣੀ ਆ ਇਹ ਮੇਰੀ ਵੈਸੇ 2 ਹੁੰਦੀ ਆ 2 ਇੰਚ ਰੱਖਣੀ ਆ ਅਤੇ ਇਹ ਪਿਛਲੀ ਕਟਾਈ ਸਾਰੀ ਆਪਾਂ ਫਿਰ ਮੂਹਰਲੇ ਪੱਲੇ ਦੀ ਅੱਡ ਕਟਾਈ ਕਰਾਂਗੇ ਅਤੇ ਇਹਨੂੰ ਇੱਦਾਂ ਆਪਾਂ ਇੱਥੇ ਆਹ ਨਿਸ਼ਾਨੀ ਲੱਗੀ ਸੀ 2 ਇੰਚ ਦੀ ਆਹ ਨਿਸ਼ਾਨੀ ਲਾ ਕੇ ਫਿਰ ਇਹਨੂੰ ਇਹਦੇ ਨਾਲ ਗੁਲਾਈ ਪਾ ਦੇਣੀ ਆ ਗੁਲਾਈ ਪਾ ਕੇ ਇਹਨੂੰ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਅਤੇ ਫਿਰ ਆਪਾਂ ਨੇ 1 ਇੰਚ ਦੀ ਮੂਹਰਲੇ ਦੀ ਨਿਸ਼ਾਨੀ ਲਾ ਲੈਣੀ ਆ ਇਹ ਆਪਾਂ ਇੱਦਾਂ ਇਹਦੀ ਮੂਹਰਲੀ ਨਿਸ਼ਾਨੀ ਲਾ ਕੇ ਇਹਦੀ ਗੁਲਾਈ ਪਾ ਦੇਣੀ ਆ ਇਹ ਮੂਹਰਲੇ ਪੱਲੇ ਦੀ ਹੋ ਗਈ ਆਹ ਪਿਛਲੇ ਦੀ ਹੋ ਗਈ ਮੋਢੇ ਦੀ ਅਤੇ ਹੁਣ ਆਪਣੇ ਆਹ ਗੁਲਾਈ ਪਾ ਲਈ ਸੀ ਹੁਣ ਆਹ ਜਿਹੜਾ ਆਪਣੇ ਇੱਥੋਂ ਆਹ ਰੱਖਣਾ ਵਾ ਗਲਾ ਇਹ 2 ਇੰਚ ਰੱਖਣਾ ਵਾ ਜਿਹਦਾ ਇੰਨਾ ਨਾਪ ਹੋਊ ਨਾ ਮੇਰੇ ਕਮੀਜ਼ ਜਿੰਨਾ ਹੋਊਗਾ ਉਹ 2 ਇੰਚ ਹੀ ਰੱਖਣਾ ਕਿਉਂਕਿ ਜੇ ਆਪਾਂ 2.5 ਰੱਖ ਲੈਂਦੇ ਨੇ ਜਿਹੜੇ ਆਪਾਂ 2.5 ਰੱਖ ਲੈਂਦੇ ਹਾਂ ਉਹ ਮੋਢੇ ਡਿੱਗੀ ਜਾਂਦੇ ਰਹਿੰਦੇ ਨੇ ਆਲੇ ਦੁਆਲਾ ਮੋਢੇ ਡਿੱਗੀ ਜਾਂਦੇ ਰਹਿੰਦੇ ਨੇ ਅਤੇ ਇੱਦਾਂ 2 ਇੰਚ ਰੱਖੇ ਤਾਂ ਮੋਢੇ ਕਦੇ ਵੀ ਡਿੱਗਣਗੇ ਨਹੀਂ ਫਿਰ ਤੋਂ ਇਹ ਆਪਣਾ ਮੂਹਰਲਾ ਗਲਾ ਸੀਗਾ 5.5 ਇੰਚ 5.5 ਇੰਚ ਇੱਦਾਂ ਲਾ ਕੇ ਫਿਰ ਆਪਾਂ ਨੇ ਇੱਥੇ ਆਹ ਨਿਸ਼ਾਨੀ ਇਹ ਡੱਬਾ ਬਣਾ ਕੇ ਫਿਰ ਹੀ ਐਂ ਕਰਕੇ ਗੁਲਾਈ ਪਾ ਲਈ ਇਹ ਮੂਹਰਲੇ ਦੀ ਕੱਟਣ ਤੋਂ ਬਾਅਦ ਫਿਰ ਪਿਛਲਾ 6 ਇੰਚ ਆ ਉਹਦੀ ਅਲੱਗ ਕੱਟੀ ਜਾਊਗੀ ਅਤੇ ਪਿਛਲਾ ਹੈਗਾ ਆਪਣਾ 6 ਇੰਚ ਅਤੇ ਆ ਇੱਧਰੋਂ ਆਪਣੀ 6 ਇੰਚ 'ਤੇ ਨਿਸ਼ਾਨੀ ਲਾ ਕੇ ਆਹ ਵਾਲਾ ਪਹਿਲਾਂ ਆਪਣੇ 11.5 'ਤੇ ਪਾਈ ਹੋਈ ਆ ਪਲੋਈ 11.5 'ਤੇ ਪਾਉਣੀ ਆ 1/2 ਇੰਚ ਦੇ ਵਿੱਚ ਆਜੂਗਾ ਅਤੇ 11 ਇੰਚ ਰਹਿ ਗਈ ਅਤੇ ਇੱਥੋਂ 11.5 'ਤੇ ਆਪਾਂ ਨੇ ਇਹ ਪਾਉਣੀ ਆ ਇਹ ਨਿਸ਼ਾਨੀ ਲਾ ਲੈਣੀ ਆ ਇੱਧਰੋਂ 3.5 ਆਪਣੇ ਸੂਟ ਦੀ ਜਿਹੜੀ ਵਿਚਕਾਰ ਉਹਨੂੰ ਮਿਲ ਲਵੇ ਅਤੇ 3.5 ਵੈਸੇ ਤਾਂ ਜ਼ਿਆਦਾਤਰ 3.5 ਹੀ ਬਚਦੀ ਹੈ 7 ਇੰਚ ਵਿਚਕਾਰ ਰੱਖੀ ਦੀ ਆ 7 ਇੰਚ ਦੀ ਇਹ ਪਲੋਈ ਪਾਈ ਦੀ ਆ 7 ਇੰਚ ਦੀ ਪਲੋਈ ਹੋ ਗਈ ਅਤੇ ਫਿਰ ਆਹ ਵਾਲੀ ਪਲੋਈ ਪਾਉਣੀ ਆਪਾਂ ਨੇ ਇਹ 6 ਇੰਚ 'ਤੇ ਇੱਥੋਂ ਆਹ ਲਾ ਲਈ ਨਿਸ਼ਾਨੀ ਇੱਥੋਂ 6 ਇੰਚ ਤੋਂ ਪਹਿਲਾਂ ਇੱਥੋਂ ਧਰ ਕੇ ਸਿੱਧੀ ਇਹਦੇ ਨਾਲ ਡੋਟ ਨਾਮ ਲਾ ਦੇਣਾ ਸਿੱਧਾ ਇਹ 7 ਇੰਚ ਹੋ ਗਈ ਇੱਥੋਂ ਆਪਾਂ 2 ਇੰਚ ਇੱਧਰ ਨੂੰ ਆ 5 ਇੰਚ ਅਤੇ 2 ਇੰਚ ਬਣਦਾ ਇੱਦਾਂ ਚਾਹੇ ਕਰ ਲਓ ਇੱਥੋਂ 2 ਇੰਚ ਇੰਨਾ ਰੱਖ ਕੇ ਇੱਥੇ ਡੋਟਸ ਲਾ ਦੇਣਾ ਫਿਰ ਆਪਾਂ ਨੇ ਆ ਜਿਹੜਾ 6 ਇੰਚ ਤੋਂ ਇੱਥੇ 5 ਇੰਚ ਇਹ ਨਿਸ਼ਾਨੀ ਲਾ ਲਈ ਆਪਾਂ ਨੇ ਇੱਧਰੋਂ ਆਪਾਂ ਨੇ 7 ਇੰਚ ਇੱਥੋਂ 6 ਇੰਚ 6 ਇੰਚ ਦੀ ਲਾ ਲਈ ਇੱਥੋਂ ਲਾ ਕੇ ਇੱਥੋਂ ਵੀ ਆਪਾਂ ਨੇ 2.5 ਇੰਚ ਦੀ ਇੱਥੋਂ 2.5 ਇੰਚ ਰੱਖਣਾ ਨਿਸ਼ਾਨੀ ਲਾ ਕੇ ਇੱਥੋਂ ਸਿੱਧੀ ਇੱਧਰ ਲਾ ਦੇਣੀ ਹੈ ਨਿਸ਼ਾਨੀ ਪਲੋਈਆਂ ਦੀ ਅਲੱਗ ਹੀ ਨਿਸ਼ਾਨੀ ਗਲੇ ਦੀ ਵੀ ਹੋ ਗਈ ਗਲਾ ਜਿੰਨਾ ਰੱਖਣਾ ਆਪਾਂ ਨੇ ਇੱਦਾਂ ਗੁਲਾਈ ਪਾ ਲੈਣੀ ਹੈ ਪੂਰਾ ਪੂਰਾ ਰੱਖਣਾ ਅਤੇ ਆਹ ਵਾਲੀ ਆਪਣੀ ਕੱਛ ਤੋਂ ਲੈ ਕੇ ਚਾਕ ਤੱਕ 13 ਇੰਚ ਚਾਕ ਸੀ ਇਹ ਆਪਾਂ 14 ਇੰਚ ਰੱਖਣੇ ਆ 14 ਇੰਚ 'ਤੇ ਨਿਸ਼ਾਨੀ ਲਾ ਦੇਣੀ ਆ ਇੱਧਰੋਂ ਹਿੱਪ ਸੀਗੀ ਆਪਣੀ 21 ਇੰਚ ਇਹ 10.5 'ਤੇ ਇਹਦੀ ਨਿਸ਼ਾਨੀ ਲਾ ਲੈਣੀ ਇੱਥੇ ਹੁਣ ਆਪਾਂ ਨੇ ਆ ਕਮਰ ਦੀ ਨਿਸ਼ਾਨੀ ਸੀਗੀ ਆਪਣੀ 17 ਇੰਚ ਕਮਰ ਤਿਆਰ ਸੀ ਇਹ ਆਪਾਂ ਨੇ 18 ਇੰਚ ਰੱਖਣੀ ਆ 18 ਇੰਚ 'ਤੇ ਨਿਸ਼ਾਨੀ ਲਾਉਣੀ ਆ ਕਿਉਂਕਿ 17 ਇੰਚ ਤਿਆਰ ਆ 1/2 ਇੰਚ ਵੀ ਆਪਣੀ ਇਹਦੇ ਵਿੱਚ ਵੀ ਆਊਗੀ ਪਲੋਈਆਂ ਦੇ ਵਿੱਚ ਆਊਗੀ ਅਤੇ ਆਪਾਂ ਨੇ 18 ਇੰਚ 1 ਇੰਚ ਜ਼ਿਆਦਾ ਰੱਖਣੀ ਆ ਵੈਸੇ ਜਦੋਂ ਆਪਾਂ ਨੇ ਇਹ ਮੋਢੇ ਜੜ ਲਏ ਅਤੇ ਪਲੋਈਆਂ ਪਾ ਲਈਆਂ ਉਦੋਂ ਬਾਅਦ ਵਿੱਚ ਵੈਸੇ ਇਹ ਦੁਬਾਰੇ ਲਾਈਏ ਮਗਰੋਂ ਲਾਵਾਂਗੇ ਤਾਂ ਬਾਹਲੀ ਵਧੀਆ ਰਹੂਗੀ ਫਿਰ ਪੂਰੀ ਜਦੋਂ ਪਲੋਈਆਂ ਪਈਆਂ ਤੋਂ ਆਪਾਂ ਨੇ ਲਾਉਣੀ ਆ ਇਹਦੀ ਫਿਟਿੰਗ ਦੀ ਨਿਸ਼ਾਨੀ ਫਿਰ ਉਹ 17 ਇੰਚ ਹੀ ਰੱਖਾਂਗੇ ਅਤੇ ਇਹ ਹਲੇ ਪਲੋਈਆਂ ਪਾਉਣ ਤੋਂ ਪਹਿਲਾਂ ਲਗਾਈ ਆ ਇਸ ਕਰਕੇ ਇਹ ਆਪਾਂ 18 ਇੰਚ ਰੱਖਾਂਗੇ 9 ਇੰਚ 'ਤੇ 18 ਇੰਚ ਰੱਖਾਂਗੇ ਅਤੇ ਇਸ ਕਰਕੇ ਆਹ ਵਾਲੀ ਆਪਣਾ ਆਪਣੇ ਆ ਗਈ ਛਾਤੀ ਆ ਗਈ ਸੀ ਆਪਣੀ
छाती हैगी 18.5, ये अपनी 9.18, ये 9:30 ते अपने आ निशानी ला ली, 9:30 ते आ निशानी लगा ली। इदा लगा के अपने इदा मिलाना, इतने एक डॉट्स ला लिया, तो आ कमर दा ते हिप दा, इना फिर तिना अपने इदा इतने पहला कमर ना मिला लेना, फिर इतों धर के फिर अपने हिप ना मिला लेना। तो आपने बच गए मगर चाक, तो अपना 2 इंच का पल्ला मुड़ा है, चाक अपने सी 17 इंच, ये 17 इंच मगर चाक बच जाएंगे, तो अपना अद्धा इन्ना मतलब घेरा पूरा रह जूगा इतों इन्ना मुड़ के। हाँ जी, हुण अपनी ये सारी लाइया निशानियां अपने सारिया लगाती, ड्राफ बनाता, ठीक है। हुण आपां इहदी कटिंग करांगे मोढ़ियां दी, तो पहला आपां गले की कटिंग करांगे। पिछली पिछली पल्ले की काट है, इतों अपने इनू कटिंग कर देनी आ। ये कटिंग हो गई अपनी पल्ले की, अपने इनू अलग करके मोरला तो पिछला पल्ला अलग कर लेना, अलग करके अपने यदि कटिंग कर लेनी है मोरले पल्ले की अलग, तो ये वाली दी गलाई ये अड पा लेनी है अपने पल्ले की, आ वाली कटाई कर देंगे मोरले पल्ले की, गलाई पा ली मोरले पल्ले की। हुण अपना कमीज कटिंग हो गई है ना, तो तुहानू किसी भी प्रकार का कोई डाउट हो मैनू कमेंट विच करके पुछ सकते हो, तो साड़ी वीडियो नू लाइक जरूर करियो।